ਕਿੱਥੇ ਹੋ ਹਾਂਜੀ ਬਾਪੂ ਜੀ ਦੱਸੋ ਜੀ ਹਾਂਜੀ ਮੈਂ ਸਾਬਕਾ ਸਰਪੰਚ ਪਿੰਡ ਲੱਖੇ ਕਪਤਾਲ ਅੱਜ ਇੱਥੇ ਸ਼ੇਰ ਸਿੰਘ ਐਮ ਪੀ ਸਾਹਿਬ ਆ ਰਹੇ ਨੇ ਸਾਬਕਾ ਐਮ ਪੀ ਸਾਹਿਬ ਉਹਨਾਂ ਦਾ ਵਿਰੋਧ ਕਰਨ ਵਾਸਤੇ ਅਸੀਂ ਪਹੁੰਚੇ 5 ਸਾਲ ਹੋ ਗਏ ਨੇ ਸਾਨੂੰ ਕੋਈ 1 ਰੁਪਈਆ ਨਹੀਂ ਪਿੰਡ ਨੂੰ ਦਿੱਤਾ ਕੋਈ ਗਰਾਂਟ ਨਹੀਂ ਕੁਛ ਸਾਡੇ ਕੱਚੀਆਂ ਗਲੀਆਂ ਪਈਆਂ ਅਤੇ ਅੱਜ ਇਹਨਾਂ ਨੇ ਦੋਸਤ ਕਰੂਗਾ ਜੇ ਆ ਜਾਂਦਾ ਇੱਥੇ ਵੜਿਆ ਪਿਆ ਕਿਸੇ ਘਰ ਉਸ ਤੋਂ ਬਾਅਦ ਇਹਨਾਂ ਨਹੀਂ ਆਪਣੀ ਇਸ ਤੋਂ ਇਲਾਵਾ ਕੋਈ ਹੋਰ ਮੰਗ ਹੈਗੀ ਆ ਮੰਗਾਂ ਬਈ ਆ ਜਾ ਕਿਉਂ ਬਈ ਉਹ ਮੰਗਾਂ ਦਾ ਹੁਣ ਮੱਥੇ ਲੱਗਦਾ ਤਾਂ ਗੱਲ ਕਰਸਾ ਵੀ ਸਾਡੇ ਨੇ ਹੁਣ ਮੰਗ ਕੇ ਚੁੱਕ ਲੈਣੀ ਹੁਣ ਜਿਹੜੀ ਜਿਹੜੇ ਇਹਨਾਂ 5 ਸਾਲਾਂ ਦਾ ਵਾਅਦੇ ਕੀਤੇ ਸੀ 5 ਸਾਲਾਂ 'ਚ ਉਹ ਇਹਨਾਂ ਦਾ ਕੋਈ ਵਾਅਦੇ ਕੋਈ ਪਿੰਡ 'ਚ ਆਪਣਾ ਕੋਈ ਪੂਰਾ ਹੋਇਆ ਆਪਣੇ ਪਿੰਡ ਬੜੇ ਹੀ ਨਹੀਂ ਹੈ ਪੂਰਾ ਕੀ ਹੋਣਾ ਜਦ ਐਮਐਲਏ ਮੌਕੇ ਦਾ ਬੜੇ ਹੀ ਨਹੀਂ ਠੀਕ ਹੈ ਦਵਿੰਦਰ ਸਿੰਘ ਠੀਕ ਹੈ ਠੀਕ ਹੈ ਆ ਬਾਜਪਾਈ ਕੇ ਸਾਰੇ ਪਿੰਡਾਂ 'ਚ ਪਾਸੇ 450 ਦੇ ਜਿਤਾਇਆ ਠੀਕ ਹੈ ਉਹ ਆਇਆ ਹੀ ਨਹੀਂ ਅੱਜ ਉਹਦਾ ਪਿਓ ਆਇਆ ਉਹਨੇ ਨਾ ਕਰੂੰ ਐ ਗੱਲਬਾਤ ਆ ਜਾਂਦਾ ਤੇ ਤੁਹਾਡੇ ਨਾਲ ਹੋਰ ਵਿਰੋਧ ਕਰਨ ਵਾਲੇ ਹੋਰ ਕਿਹੜੇ ਆਗੂ ਲੱਗ ਗਏ ਸਾਰੇ ਦੇਖ ਸੰਗਤ ਦਾ 100 ਬੰਦਾ ਇਕੱਠਾ ਹੋਇਆ ਖੜਾ ਉਹ ਆ ਜਾਵਣ ਦੇ